ਕੇ ਮੂਰਤ ਹੈ ਜਗੇ ਆਇਓ ਲੋਕ ਸੁਣਿਓ ਫਿਰ ਲੋਕ ਸੁਣਿਓ ਫਿਰ ਲੋਕ ਸੁਣਿਓ ਹਰ ਦਰਸ਼ਨ ਪਾਇਓ ਬਾਬਾ ਨਾਨਕ ਬੇਨਤੀ ਮੇਰੀ ਹੈ ਬੇਨਤੀ ਸੰਗਤੇ ਗੁਰਾਂ ਦੀ ਕਹਿ ਦਿਓ ਕਿਰਪਾ ਪ੍ਰਭ ਦੀਨ ਦਿਆਲਾ
ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹਾਂ ਦੀ ਜੋਤ ਹਲਤ ਪਲਤ ਦੇ ਸਵਾਰਨ ਵਾਲੇ ਸਰਬ ਸੁੱਖਾਂ ਦੇ ਦਾਨੀ ਜਵਰ ਸ਼ਤਰ ਤਖ਼ਤ ਦੇ ਮਾਲਕ ਜਿਨ੍ਹਾਂ ਦੇ ਪਾਵਨ ਦਰਬਾਰ ਵਿੱਚ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀ ਭਰ ਰਹੇ ਹਾਂ। ਮਜ਼ਮੂਨ ਆਰੰਭ ਕਰਨ ਤੋਂ ਪਹਿਲਾਂ ਫਤਿਹ ਬੁਲਾਵਾਂਗਾ, ਉਮੀਦ ਹੈ ਆਪ ਪ੍ਰਵਾਨ ਕਰੋਗੇ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਰੋਹੇਲ ਖੰਡ ਵਿੱਚ ਸਨ ਜਦੋਂ ਦੀ ਮੈਂ ਦਾਸਤਾਨ ਤੁਹਾਡੇ ਸਾਹਮਣੇ ਕਹਿ ਰਿਹਾ। ਰੋਹੇਲ ਖੰਡ ਦਾ ਨਾਂ ਕਿਸ ਤਰ੍ਹਾਂ ਪਿਆ, ਇਹ ਕੌਣ ਲੋਕ ਨੇ? ਤਾਰੀਖ ਦੇ ਪੱਤਰੇ ਫੋਲਿਆਂ ਕੁਝ ਇਹਨਾਂ ਬਾਰੇ ਵਾਕਫੀਅਤ ਮਿਲੀ। ਖੈਬਰ ਦੇ ਵਿੱਚ ਦਰਾ ਖੈਬਰ, ਇਹ ਚਾਰ ਦਰੇ ਹਨ ਹਿੰਦੁਸਤਾਨ ਦੇ ਜਿਨ੍ਹਾਂ ਵਿੱਚ ਦੀ ਹਮਲਾ ਆਵਰ ਲੰਘ ਕੇ ਹਿੰਦੁਸਤਾਨ ਦੀ ਇੱਜ਼ਤ ਲੁੱਟਦੇ ਰਹੇ। ਦਰਾ ਖੈਬਰ, ਦਰਾ ਟੋਚੀ, ਦਰਾ ਬੁਲਾਨ, ਇਹ ਦਰੇ ਹਨ। ਤੋ ਖੈਬਰ ਦੇ ਦਰੇ ਵਿੱਚ ਇੱਕ ਪਠਾਣਾ ਦੀ ਕੌਮ ਵੱਸਦੀ ਹੈ ਜਿਨ੍ਹਾਂ ਦੀ ਗੋਤ ਰੋਹਿਲਾ ਹੈ। ਇਹਨਾਂ ਦੇ ਵੱਡ ਵਡੇਰੇ ਹਿੰਦੁਸਤਾਨ 'ਤੇ ਕਿਸੇ ਜ਼ਮਾਨੇ 'ਚ ਹਮਲਾ ਕਰਨ ਵਾਸਤੇ ਆਏ ਔਰ ਦਿੱਲੀ ਦੇ ਇਸ ਦਰਖੇਜ਼ ਇਲਾਕੇ ਵਿੱਚ ਇਹ ਲੋਕ ਵੱਸ ਗਏ। ਇਹਨਾਂ ਦੀ ਇੱਕ ਵੱਡੀ ਵੱਡੀ ਰਿਆਸਤ ਕਾਇਮ ਕੀਤੀ ਜਿਹਦਾ ਰਕਬਾ 19,908 ਮਰਬਾ ਮੀਲ ਹੈ। ਇਹਦੇ ਵਿੱਚ 3 ਜ਼ਿਲ੍ਹੇ ਹਨ ਅਤੇ ਇੱਕ ਰਿਆਸਤ ਹੈ, ਬਦਾਇਓਂ, ਬਿਜਨੌਰ ਔਰ ਬਰੇਲੀ। ਰਿਆਸਤ ਹੈ ਰਾਮਪੁਰ। ਕਿਉਂਕਿ ਇਹਨਾਂ ਪਠਾਣਾਂ ਦੀ ਗੋਤ ਰੋਹਿਲਾ ਸੀ, ਰੋਹਿਲਾ ਜਾਤੀ 'ਚੋਂ ਸਨ, ਇਸ ਵਾਸਤੇ ਜਿੱਥੇ ਇਹ ਲੋਕ ਆਬਾਦ ਹੋਏ ਔਰ ਆਪਣੀ ਰਿਆਸਤ ਕਾਇਮ ਕੀਤੀ ਉਹਦਾ ਨਾਂ ਰੋਹੇਲ ਖੰਡ ਰੱਖਿਆ। ਗੁਰੂ ਨਾਨਕ ਦੇਵ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਤੀਸਰੀ ਉਦਾਸੀ 'ਤੇ ਸਨ, ਜਿਹਨੂੰ ਅਸੀਂ ਪੂਰਬ ਦੀ ਉਦਾਸੀ ਕਹਿੰਦੇ ਹਾਂ। ਇਹ ਉਦਾਸੀ ਉਹਨਾਂ ਨੇ ਸੈਦਪੁਰ ਤੋਂ ਆਰੰਭ ਕੀਤੀ। ਸਤਿਗੁਰੂ ਜੀ ਸੁਲਤਾਨਪੁਰ ਤੋਂ ਸੈਦਪੁਰ ਪਹੁੰਚੇ, ਉੱਥੋਂ ਉਹ ਸੱਜਣ ਠੱਗ ਕੋਲ ਪਾਕਪਟਨ ਦੇ ਇਲਾਕੇ ਵਿੱਚ ਪਹੁੰਚੇ। ਇਸ ਤੋਂ ਅੱਗੇ ਉਹਨਾਂ ਦਾ ਸਫ਼ਰ ਆਰੰਭ ਹੋਇਆ, ਆਪ ਕੁਰੂਕਸ਼ੇਤਰ ਹੁੰਦੇ ਹੋਏ ਹਰਿਦੁਆਰ ਪਹੁੰਚੇ। ਹਰਿਦੁਆਰ ਤੋਂ ਅੱਗੇ ਉਹ ਕਾਂਸ਼ੀ, ਕਾਂਸ਼ੀ ਤੋਂ ਅੱਗੇ ਬ੍ਰਹਮਪੁੱਤਰ, ਪਟਨਾ ਆਦਿ। ਆਖਿਰਕਾਰ ਉਹ ਤਿੱਬਤ ਦੀ ਸਰਹੱਦ 'ਤੇ ਸਤਿਗੁਰੂ ਜੀ ਜਾ ਅਪੜੇ। ਉੱਥੋਂ ਦੇ ਲੋਕਾਂ ਨੂੰ ਤਾਰਦੇ ਹੋਏ ਸਤਿਗੁਰੂ ਜੀ ਆਖਰ ਜਗਨਨਾਥਪੁਰੀ ਗਏ। ਸਾਡੇ ਕੁਝ ਇਤਿਹਾਸਕਾਰਾਂ ਦੀ ਰਾਏ ਹੈ ਕਿ ਜਿਹੜਾ ਸ਼ਬਦ ਆਰਤੀ ਦੇ ਰੂਪ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ, ਜਿਹਨੂੰ ਅਸੀਂ ਕੀਰਤਨ ਸੋਹਲੇ ਵਿੱਚ ਪੜ੍ਹਦੇ ਹਾਂ, ਗੌੜੀ ਦੀਪਕੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਕੁਝ ਇਤਿਹਾਸਕਾਰਾਂ ਦੀ ਰਾਏ ਹੈ ਕਿ ਇਹ ਸਤਿਗੁਰੂ ਜੀ ਨੇ ਜਗਨਨਾਥ ਦੇ ਮੰਦਰ ਦੇ ਸਾਹਮਣੇ ਉਦੋਂ ਉਤਾਰਿਆ, ਇਹ ਉਦੋਂ ਵਾਰਦ ਹੋਇਆ, ਇਹ ਬਾਣੀ ਸਤਿਗੁਰੂ ਜੀ ਨੂੰ ਉਦੋਂ ਆਈ ਜਦੋਂ ਪੰਡੇ ਜਗਨਨਾਥ ਦੀ ਮੂਰਤੀ ਦੇ ਅੱਗੇ ਥਾਲੀ ਵਿੱਚ ਦੀਵੇ ਰੱਖ ਕੇ ਆਰਤੀ ਕਰ ਰਹੇ ਸਨ ਔਰ ਉਸ ਮੂਰਤੀ ਉੱਤੇ ਪੁਸ਼ਪ ਵਰਸਾ, ਫੁੱਲ ਵਰਸਾ ਰਹੇ ਸਨ। ਗਰੀਬ ਨਵਾਜ ਉੱਥੇ ਬੈਠੇ ਰਹੇ, ਜਿਹੜਾ ਉਹਨਾਂ ਦਾ ਮੁਖੀ ਪੰਡਿਤ ਸੀ ਸਤਿਗੁਰੂ ਜੀ ਨੂੰ ਕਿ ਆਰਤੀ ਵਿੱਚ ਸ਼ਾਮਲ ਨਹੀਂ ਹੋਏ, ਆ ਕੇ ਪੁੱਛਿਆ ਕਿ ਤਪਾ ਜੀ ਆਪ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਹਜ਼ੂਰ ਨੇ ਕਿਹਾ ਆਰਤੀ ਕਿਹਦੀ ਕਰਦੇ ਤੁਸੀਂ ਆਰਤੀ? ਕਹਿੰਦੇ ਜੀ ਅਸੀਂ ਜਗਨਨਾਥ ਦੀ ਕਰਦੇ ਹਾਂ। ਹਜ਼ੂਰ ਨੇ ਜਗਨਨਾਥ ਦੇ ਅਰਥ ਕੀਤੇ ਪਰਮੇਸ਼ਰ, ਜਗਨ ਦੁਨੀਆ, ਨਾਥ ਮਾਲਕ। ਕਹਿੰਦੇ ਤੁਸੀਂ ਜਗਨਨਾਥ ਦੀ ਆਰਤੀ ਕਿਵੇਂ ਕਰ ਸਕਦੇ ਹੋ? ਤੁਹਾਡੀ ਸਮਰੱਥਾ ਨਹੀਂ ਉਸ ਜਗਨਨਾਥ ਦੀ ਆਰਤੀ ਕਰਨ ਦੀ ਜਿਹਦੀ ਆਰਤੀ ਮੈਂ ਕਰਦਾ ਹਾਂ। ਇਹ ਛੋਟੇ ਜਿਹੇ ਥਾਲ ਵਿੱਚ ਦੋ ਟਿਮਟਮਾਂਦੇ ਦੀਵੇ ਅਤੇ ਕੁਝ ਫੁੱਲ, ਇਹ ਉਹਦੇ 'ਤੇ ਸੁੱਟ ਕੇ
पंडित जी तुसी किसे भुलेखे का शिकार होए हो, जगन्नाथ की आरती इस छोटे जे थाल नाल, इन्हां छोटे जे टिमटमां दे दीवियां नाल, इन्हां कुछ फुलां नाल नहीं हो सकती। पंडित हैरान होकर पुछदा क्यों नहीं हो सकती। सतगुरु जी ने आख्या चूंकि उहदी आरती आप हो रही है, परमेश्वर की आरती अपने आप विच हो रही है। पंडित ने कहा सानू तो कदे दिसी नहीं, हजूर कहिंदे विखाउण वास्ते ते मैं इत्थे आया। यह जिहड़ा नीला गगन है, आसमान है, यह परमेश्वर का बनाया होया वड्डा थाल है। इहदे विच चंद सूरज दो दीवे ने और ना गिने जाण वाले अरबां खरबां सितारे ने, और जिन्नियां सुगंधियां तुसी थाल विच रख के धूप तखाया है, कहिंदे ने दुनिया ते जिन्ने फुल खिड़दे ने उन्हां दी अपने आप वासना आउंदी है, उन्हां फिल्म फुल्लां नूं कोई गिण सकदा है। पंडित कहिंदा ते नहीं, ना सूरज चंद वर्गे दीवे हो सकदे ने, ना नीले गगन वर्गा थाल हो सकदा है, ना फुल जिन्हां दी खुशबू मुतलक हजूर ने कहा। फिर महाराज ने कहा इस झूठी आरती के भरम भुलेखे चो निकलो, तो उस परमेश्वर की आरती भी जुड़ो जिहड़ी कुदरत आप कर रही, उस कादर की जो उपासना हो रही है, जो आरती हो रही, उस आरती भी जुड़ो। तो गरीब नवाज उतों जो वापस आए, आद्या हो रुहेलखंड पहुंचे। दर्दी दाता किमें लागों की लंघ सकता सी जिथे मावां के पुत्र गुलामों वांगू वेचे जाते सन, पशुओं वांगू मंडी विच फरोखत होंदे सन। गरीब नवाज उत्थे पहुंचे, प्रसंग नूं अगे चलाउंदा। जिवें कि आप सुन चुके हो, भाई मरदाना हजूर नालों निखड़ चुका है। दाता जी नूं एक पठान ने अपना गुलाम बना लिया, गुलाम बनाया ही नहीं अपने घर ले गया। सवाणी ने बथेरियां मिन्नतां कीतियां कि इस गुलाम नूं ना वेचो, स्वामी मैं बे औलाद हाँ, मेरी गोद हरी नहीं हुई, मां बनन दा मेरा सुपना साकार नहीं होया, मैनू इहदे विच्चों पुत्र भावना नजर आउंदी है, मेरी मामता जाग पई है, ना वेचो इस नूं, मैं इहनूं अपना पुत्र बना लवांगा। नेक दिल पठानी अपने पति नूं गुरु नानक देव जी नूं गुलामों की मंडी विच वेचण तो रोक ना सकी। हजूर उस मंडी विच आण बैठे, आपने सरवण किया है, सतगुरु जी का दो घोड़े मुल पै गए, दीन दुनिया का मालिक दो घोड़ियां तो विक गया। मनुखता नूं आजाद करन लई, दुखियां दे कष्ट हरन लई, दर्दी दाते ने आप अपने आप नूं मंडी विच पेश कर दिता। सत्कारयोग साध संगत मैं फिर दोहरा दें, इहो जी कुरबानी पैगंबरां विच किसे नहीं कीती। साहिब गुरु नानक देव जी दे घर विच कोई घाटा सी नहीं, उन्हां दा पिता उस इलाके दा मन्निया पन्निया एक हाकम दा कारदार सी, राय बुलार दा, दौलत बथेरी सी, कामे सन घर कम करन वाले। मैं तां कल्याण राय की बड़ी इज्जत सी, बड़ा सन्मान सी इलाके विच, और गुरु नानक देव महाराज जी के पिता नूं इको ही खदशा काफ़ी देर जिंदगी विच उन्हां नूं वड वड खांदा रहा, उह सी कि मेरी इस जायदाद दा मालिक कौन बनेगा। नानक इधर ध्यान नहीं दिंदे, साधु बिरती, रात दिन पाठ पूजा भी जुड़े रहना, बंदगी भी जुड़े रहना। मैं तां कल्याण राय नूं घड़ी मुड़ी ये फिक्र सी, इस वास्ते वह वार वार कोशिश करते रहे, कदे गुरु नानक नूं पढ़ाउण दी कोशिश कीती। गर्ज ए कि मेरे पिछों मेरी इस जागीर दा काम ये मालक बन के कर सकनगे। फिर भी इच्छा गुरु नानक देव जी दे पिता जी संसारी रही, जे उन्हां को खेती कराई तां भी मनोरथ इह, जे उन्हां नूं वपारी बनाउण दी निष्ठा अपने दिल विच धार लई तां भी गर्ज इहो। तो मैं कहना चाहुंदा गुरु नानक दे घर विच कोई कमी नहीं सी। मैं कहना दुनिया का को वड्डे तो वड्डा गरीब भी होवे तां भी कौन चाहुंदा है अपना घर काट।
ਛੱਡ ਕੇ ਭਾਵੇਂ ਕੱਖਾਂ ਦੀ ਕੁੱਲੀ ਹੋਵੇ ਉਹ ਗੁਲਾਮਾਂ ਵਾਂਗੂ ਵਿਕਦਾ ਫਿਰੇ। ਨਹੀਂ, ਉਹ ਮਹਾਨ ਸਤਿਗੁਰੂ ਨੇ ਸਾਡੇ ਸਾਹਮਣੇ ਇੱਕ ਇਹੋ ਜਿਹਾ ਆਦਰਸ਼ਕ ਰਾਹ, ਇਹੋ ਜਿਹਾ ਕਾਇਮ ਕਰਨਾ ਸੀ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਤੱਕ, ਆਉਣ ਵਾਲੀਆਂ ਸਦੀਆਂ ਤੱਕ, ਜਦ ਤੱਕ ਇਸ ਧਰਤੀ ਉੱਤੇ ਮਨੁੱਖ ਵਸਦਾ ਰਹੇਗਾ, ਇਹ ਰਾਹ ਉਹਨਾਂ ਨੂੰ ਰੋਸ਼ਨੀ ਦਿੰਦਾ ਰਹੇਗਾ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਵਿਕ ਗਏ ਹਨ, ਜਿਸ ਨੇ ਖਰੀਦਿਆ ਉਸ ਨੂੰ ਉਸ ਇਲਾਕੇ ਦੇ ਲੋਕ ਮੀਰ ਕਹਿ ਕੇ, ਹਾਕਮ ਕਹਿ ਕੇ, ਵੱਡਾ ਕਹਿ ਕੇ ਯਾਦ ਕਰਦੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਘਰ ਵਿੱਚ ਬੰਦੀਵਾਨ ਬਣਾ ਲਿਆ, ਗੁਲਾਮ ਬਣਾ ਲਿਆ, ਅਤੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਘਰ ਵਿੱਚ ਬੈਠੇ ਨੇ, ਥੋੜ੍ਹੀ ਦੂਰ 'ਤੇ ਉੱਥੋਂ ਇੱਕ ਕੈਦਖਾਨਾ, ਉਸ ਕੈਦਖਾਨੇ ਵਿੱਚ ਕੋਈ ਰੱਬ ਦਾ ਪਿਆਰਾ ਵੀ ਕੈਦ ਕੱਟ ਰਿਹਾ, ਉਸ ਕੈਦਖਾਨੇ ਵਿੱਚ ਕੋਈ ਰੱਬੀ ਆਤਮਾ ਵੀ ਕਸ਼ਟ ਸਹਿ ਰਹੀ ਹੈ, ਪਲ ਪਲ 'ਤੇ ਸਵਾਸ ਸਵਾਸ ਨਾਲ ਗੁਰੂ ਨਾਨਕ ਨੂੰ ਯਾਦ ਕਰਦੀ, ਕਹਿੰਦੀ ਹੈ ਮੇਰੇ ਮਾਲਕ, ਹੁਣ ਤਾਂ ਸਰੀਰ ਵੀ ਸਾਥ ਨਹੀਂ ਦਿੰਦਾ, ਬੇਨਤੀਆਂ ਕਰ ਕਰਕੇ ਥੱਕ ਗਏ ਮਹਾਰਾਜ, ਕਿਰਪਾ ਕਰੋ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਨੰਦ ਸੇਵਕ ਸਿੱਖ ਭਾਈ ਹਰਾ ਜੀ ਉਸ ਮੀਰ ਨੇ ਉਸ ਕੈਦ ਵਿੱਚ ਪਾਏ ਹੋਏ ਨੇ, ਜਿੱਥੇ ਬੈਠਾ ਉਹ ਬੰਦਗੀ ਵਿੱਚ ਜੁੜਿਆ ਹੋਇਆ, ਨਾਨਕ ਸਤਿਗੁਰੂ ਦੇ ਚਰਨਾਂ ਦਾ ਪਿਆਰਾ, ਹਜ਼ੂਰ ਨੂੰ ਉੱਥੇ ਚੇਤੇ ਕਰਦਾ, ਸਤਿਗੁਰੂ ਜੀ ਨੂੰ ਯਾਦ ਕਰਦਾ, ਕੁਝ ਇਉਂ ਕਹਿ ਰਿਹਾ। ਔਖਾ ਚੱਲਣਾ ਏ ਅਤਿਆਚਾਰ ਦਾ ਏ, ਸਾਲ ਪਈ ਦੂਜਾ ਸਾਲ ਵਿਛੋੜੇ ਦਾ ਮਾਰਦਾ ਏ, ਪੀੜਾ ਬਿਰਹੋਂ ਦੀਆਂ ਨਾਲ ਨਾ ਰਾਜ ਦਾ ਏ, ਚਿੱਤ ਜੋ ਭੁੱਖਾ ਚਿੱਤ ਜੋ ਤੇਰੇ ਦੀਦਾਰ ਦਾ ਏ, ਦਰਸ਼ਨ ਕਦੋਂ ਹੁੰਦਾ ਤਾਰਨਹਾਰ ਦਾ ਏ, ਦਰਸ਼ਨ ਕਦੋਂ ਹੁੰਦਾ ਤਾਰਨਹਾਰ ਦਾ ਏ, ਜੇਲ੍ਹ ਦੀ ਕਾਲ ਕੋਠਰੀ ਵਿੱਚ ਡੱਕਿਆ ਹੋਇਆ ਭਾਈ ਹਰਾ, ਉਹਨਾਂ ਬਦ ਨਸੀਬਾਂ ਨਾਲ ਕਸ਼ਟ ਚੱਲ ਰਿਹਾ, ਗੁਲਾਮਾਂ ਦੀ ਇੱਕ ਵਸਤੀ ਉਸ ਜੇਲ੍ਹ ਖਾਨੇ ਵਿੱਚ ਹੀ ਆਬਾਦ ਹੋਈ ਪਈ ਏ, ਰਾਤ ਦਿਨ ਹੋਕੇ ਲੈਂਦਾ ਗੁਰੂ ਨਾਨਕ ਦੇ ਦਰਸ਼ਨ ਦੀਦਾਰ ਦਾ ਭੁੱਖਾ ਸਿੱਖ, ਸਵੰਤੀ ਬੂੰਦ ਨੂੰ ਜਿਵੇਂ ਪਪੀਆ ਤਰਸਦਾ ਇਵੇਂ ਤਰਸ ਰਿਹਾ ਸੀ, ਵਾਜਾਂ ਮਾਰਦਾ ਸੀ, ਬੇਬਲ ਹੋ ਉੱਠੀ ਆਤਮਾ ਗੁਰੂ ਚਰਨਾਂ ਵਿੱਚ
अपना मस्तक नवाउण वास्ते तरले लै रही सी। गरीब नवाज हुण ते मेहर करो, हुण नहीं इह विछोड़े दा दुख झल्लिया जांदा। इह जेल दा कष्ट तां शरीर झल लेगा पर मेरी आत्मा आप तों विछड़ के नहीं जीव सकेगी। महाराज कृपा करो, दया करो, असी गुनाहगार लोग साडे कोलों भुल्लां हो गईआं मन्नदे आं, महाराज कृपा करो, तुसीं तां बख्शण दो। गरीब नवाज साहिब गुरु नानक देव महाराज जी दे मन विच तार खड़कदी है, मीर दे घर विच गुलाम बने बैठे ने दीन दुनिया दे सतगुरु, तरबां उठदियां ने, कूकां फरियाद फरियादां दिल विच थां मल्ली बैठियां ने। ते मैं महाराज सच्चे पातशाह कहिंदे ने, हे करतार तेरी लीला है, जिहड़े गुनाहगार ने ओह हाकम हन, जिहड़े भले हन ओह कैदां विच पए होए ने। हे मेरे मालिक तेरी कुदरत तों मैं बलिहार जांदा। साहिब गुरु नानक देव महाराज जी दा सिख इस तरह लेलटियां लैंदा, अरदासां करदा, वार वार मस्तक नवाउंदा, दिलों उठदियां होकियां नूं हवा च बखेरदा, अपने वक्त गुजार रहे उस जेलखाने विच। इधर रात पै गई, गरीब नवाज जागदे रहे, कुदरत दे रंग वेखदे रहे। सतगुरु जी की बाणी विचों कुछ तुकां तुहाडे सामने रखा। रंग हसे रंग रोवे, चुप भी कर जाए, परवाह ना ही किसे केरी, बाज सच्चे नाए। हजूर दियां अखां भी किस वेले भर जांदियां, किस वेले हंजू डुलदे, वो प्यार दे हंजू, वो तरसवान दाते दियां अखां चों छलकदे, तां उदों परमेशर की दरगाह विच भी हलचल मच उठदी। उन्हां दा प्यारा स्वरूप दीन दुनिया दा दर्द वंडाउंदा होया, कदे उहदी लीला नूं वेख के मुस्कुरा पैंदे ने, कदे अखां विचों हंझू भी केर दिंदे ने। तुक दियां आखरी लाइना, परवाह ना ही किसे केरी, इह हंझू किसे डर कारण नहीं नहीं, इह तां परमेशर दी याद विच जुड़े हुए दर्दी मालक दा दिल जदों भरदा सी उदों अखां थानी डुल पैंदा सी। ਇਹ ਕਿਸੇ ਦੀ ਤਲਵਾਰ ਤੋਂ ਨਹੀਂ ਡਰੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ, ਬਾਬਰ ਦਾ ਉਹਨਾਂ ਦਾ ਜ਼ਾਲਮ ਕੋਈ ਨਹੀਂ ਹੋ ਸਕਦਾ। ਰਾਤ ਬੀਤ ਗਈ, ਦਿਨ ਚੜਿਆ, ਅਮੀਰ ਨੇ ਆ ਕੇ ਆਖਿਆ, ਉਹ ਗੁਲਾਮ ਦੇਖ, ਅਸੀਂ ਸਵੇਰੇ ਇਸ਼ਨਾਨ ਕਰਦੇ ਹਾਂ, ਇਸ਼ਨਾਨ ਵਾਸਤੇ ਪਾਣੀ ਚਾਹੀਦਾ, ਸਾਡੇ ਘਰ ਤੋਂ ਥੋੜ੍ਹੀ ਦੂਰ ਇੱਕ ਖੂਹੀ ਹੈ, ਉੱਥੋਂ ਜਾ ਕੇ ਤੇਰਾ ਕੰਮ ਹੈ ਸਵੇਰੇ ਗਾਗਰਾਂ ਪਾਣੀ ਦੀਆਂ ਢੋਣੀਆਂ, ਤਾਂ ਕਿ ਅਸੀਂ ਵਕਤ ਸਿਰ ਇਸ਼ਨਾਨ ਕਰ ਸਕੀਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਤ ਬਚਨ ਕਹਿ ਕੇ ਗਾਗਰ ਚੁੱਕ ਲਏ। ਜਿਹੜਾ ਦੀਨ ਦੁਨੀਆ ਦਾ ਮਾਲਕ ਸੰਸਾਰ ਦੇ ਕਸ਼ਟ ਉਠਾਉਣ ਨੂੰ, ਦੁਖੀਆਂ ਦੀਆਂ ਪੰਡਾਂ ਚੁੱਕਣ ਨੂੰ ਆਇਆ ਸੀ, ਉਹਨੇ ਆਪਣੇ ਮੋਢੇ 'ਤੇ ਗਾਗਰ ਰੱਖ ਲਈ। ਤੁਰ ਪਏ ਹਨ ਜਲ ਲੈਣ ਵਾਸਤੇ। ਕੁਦਰਤ ਨੂੰ ਇਹ ਕਿਵੇਂ ਮਨਜ਼ੂਰ ਹੋ ਸਕਦਾ ਸੀ ਕਿ ਉਹਨਾਂ ਦੀ ਦਰਗਾਹ ਦਾ ਮਨਜ਼ੂਰ, ਉਹਨਾਂ ਦਾ ਆਪਣਾ ਰੂਪ ਗੁਰੂ ਨਾਨਕ ਸੰਸਾਰੀਆਂ ਲਈ ਪਾਣੀ ਢੋਂਦਾ ਫਿਰੇ। ਖੈਰ, ਪਰਮੇਸ਼ਰ ਦੇ ਰੰਗ ਸਨ, ਸਤਿਗੁਰੂ ਜੀ ਆਹਿਸਤਾ ਆਹਿਸਤਾ ਉਸ ਖੂਹ 'ਤੇ ਪਹੁੰਚੇ। ਡੋਲ ਨਾਲ ਬੱਧਾ ਹੋਇਆ, ਰੱਸੇ ਨਾਲ ਬੱਧਾ ਹੋਇਆ ਡੋਲ ਪਾਣੀ ਦਾ ਖੂਹ 'ਚ ਵਹਾਇਆ, ਜਦੋਂ ਉੱਪਰ ਖਿੱਚਿਆ ਤਾਂ ਉਹ ਸੁੱਕਾ ਸੀ, ਉਹ 'ਚ ਕੋਈ ਜਲ ਨਹੀਂ ਸੀ। ਡੋਲ ਖਾਲੀ ਵੇਖ ਕੇ ਹਜ਼ੂਰ ਨੇ ਖੂਹ 'ਚ ਤੱਕਿਆ, ਉੱਥੇ ਪਾਣੀ ਦੀ ਬੂੰਦ ਨਹੀਂ ਸੀ। ਗਰੀਬ ਨਵਾਜ ਨੇ ਉਸੇ ਤਰ੍ਹਾਂ ਖਾਲੀ ਗਾਗਰ ਫਿਰ ਮੋਢੇ 'ਤੇ ਰੱਖ ਲਈ। ਵਾਪਸ ਜਦੋਂ ਘਰ ਨੂੰ ਆਏ, ਕੁਦਰਤੀ ਦਰਵਾਜ਼ੇ ਤੋਂ ਥੋੜ੍ਹੀ ਦੂਰ ਸਨ ਅਜੇ, ਜਾਂ ਉਸ ਉਮੀਦ ਦੀ ਨਿਗਾਹ ਆਉਂਦੇ ਹੋਏ ਸਤਿਗੁਰੂ ਗੁਰੂ ਨਾਨਕ 'ਤੇ ਪਈ। ਵੇਖਿਆ, ਕਹਿਣ ਲੱਗੇ, ਪਾਣੀ ਲੈ ਆਇਆ ਗੁਲਾਮ? ਹਜ਼ੂਰ ਨੇ ਨਿਮਰਤਾ ਨਾਲ ਆਖਿਆ, ਮੀਰ ਜੀ, ਖੂਹ ਵਿੱਚ ਤਾਂ ਬੂੰਦ ਪਾਣੀ ਦੀ ਵੀ ਨਹੀਂ, ਇਸ ਵਾਸਤੇ ਮੈਂ ਪਾਣੀ ਨਹੀਂ ਲਿਆ ਸਕਿਆ। ਮੀਰ ਹੈਰਾਨ ਹੋਇਆ ਸੁਣ ਕੇ ਵੀ ਖੂਹ ਦਾ ਪਾਣੀ ਕਿੱਧਰ ਚਲਾ ਗਿਆ। ਕਹਿੰਦੇ, ਅੱਛਾ, ਉਹ ਜਿਹੜਾ ਥੋੜ੍ਹੀ ਦੂਰ 'ਤੇ ਇੱਕ ਟੋਭਾ ਹੈ, ਉੱਥੋਂ ਜਲ ਭਰ ਲਿਆਉਣਾ ਸੀ। ਮਹਾਰਾਜ ਕਹਿੰਦੇ, ਜੋ ਆ ਗਿਆ ਜੋ ਹੁਕਮ। ਹਜ਼ੂਰ ਫਿਰ ਤੁਰ ਪਏ, ਜਾਣੀ ਜਾਣ ਸਤਿਗੁਰੂ ਵੀ ਤੁਰ ਪਏ, ਜਾਣਦਿਆਂ ਹੋਇਆ ਵੀ ਪਾਣੀ ਉੱਥੇ ਵੀ ਨਹੀਂ ਆਉਣਾ। ਕੁਦਰਤ ਨਾਲ ਇੱਕ ਮਿੱਕ,
ਜਿਹੜਾ ਕਾਦਰ ਕੁਦਰਤ ਨੂੰ ਚਲਾ ਰਿਹਾ ਗੁਰੂ ਨਾਨਕ ਨਾਲੋਂ ਵੱਖਰਾ ਨਹੀਂ ਸੀ। ਜੋ ਉਹਦੀ ਹਜ਼ੂਰੀ ਵਿੱਚ ਵਾਪਰ ਰਿਹਾ ਸੀ, ਹਜ਼ੂਰ ਦੇ ਦਿਲ ਵਿੱਚ ਵਾਪਰ ਰਿਹਾ ਸੀ, ਉਹ ਰੱਬੀ ਭੇਤਾਂ ਦਾ ਜਾਣੂ ਪਿਆਰਾ ਗੁਰੂ ਨਾਨਕ ਚੁੱਕ ਕੇ ਗਾਗਰ ਉਸ ਟੋਭੇ ਵੱਲ ਤੁਰ ਪਿਆ। ਉੱਥੋਂ ਜਾ ਕੇ ਫਿਰ ਖਾਲੀ ਮੁੜ ਆਏ, ਮੀਰ ਨੂੰ ਆਖਿਆ, ਮੀਰ ਜੀ ਉਸ ਟੋਭੇ ਵਿੱਚ ਵੀ ਪਾਣੀ ਨਹੀਂ। ਇੰਨਾ ਚਿਰ ਨੂੰ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ, ਘਬਰਾਏ ਲੋਕ, ਹਲਚਲ ਮੱਚ ਗਈ ਸ਼ਹਿਰ ਵਿੱਚ ਭਈ ਘੜੇ ਪਾਣੀ ਦੇ ਭਰ ਕੇ ਰੱਖੇ ਸੀ ਉਹ ਵੀ ਖਾਲੀ, ਖੂਹ ਟੋਭੇ ਵੀ ਖਾਲੀ। ਉਸ ਸ਼ਹਿਰ ਵਿੱਚ ਮੱਚੀ ਹੋਈ ਹਲਚਲ ਨੂੰ, ਉਹਦੇ ਨਕਸ਼ੇ ਨੂੰ ਤੁਹਾਡੇ ਸਾਹਮਣੇ ਢਾਡੀ ਜਥਾ ਇਹਨਾਂ ਸ਼ਬਦਾਂ ਵਿੱਚ ਇਉਂ ਰੱਖ ਰਿਹਾ ਹੈ। ਵਾਜੋਂ ਜੀਵਨ ਕੈਸਾ, ਸੰਸਾਰ ਦੀਆਂ ਜਿੰਨੀਆਂ ਵੀ ਜਿਉਂਦੀਆਂ ਰੂਹਾਂ ਹਨ, ਪਸ਼ੂ ਪੰਛੀ ਮਨੁੱਖ ਸਣੇ, ਪਾਣੀ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੈ। ਅਮਰ ਬੋਲ ਹਨ ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ, ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ। ਪਾਣੀ ਮੂਲ ਆਧਾਰ ਹੈ ਜ਼ਿੰਦਗੀ। ਰੋਟੀ ਤੋਂ ਬਿਨਾਂ 4 ਦਿਨ 5 ਦਿਨ ਬੰਦਾ ਭੁੱਖਾ ਰਹਿ ਕੇ ਗੁਜ਼ਾਰਾ ਕਰ ਸਕਦਾ, ਪਰ ਪਾਣੀ ਤੋਂ ਬਿਨਾਂ ਨਹੀਂ। ਸਿੱਖ ਕੌਮ ਦੇ ਸਿਰ 'ਤੇ ਟੱਠੀ ਹੋਈ ਪੱਗ ਰੱਖਣ ਵਾਲੇ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ 72 ਦਿਨ ਰੋਟੀ ਤੋਂ ਬਿਨਾਂ ਜਿਉਂਦੇ ਰਹੇ। 72 ਦਿਨ ਤਿਲ ਤਿਲ ਕਰਕੇ ਆਪਣੀ ਜ਼ਿੰਦਗੀ ਉਹਨਾਂ ਨੇ ਕੌਮੀ ਆਦਰਸ਼ ਤੋਂ ਨਿਸ਼ਾਵਰ ਕਰ ਦਿੱਤੀ, ਪਰ ਪਾਣੀ ਉਹਨਾਂ ਨੂੰ ਵੀ ਪੀਣਾ ਪੈਂਦਾ ਰਿਹਾ। ਸਾਧ ਸੰਗਤ ਜੀ, ਪਾਣੀ ਮੁੱਕ ਗਿਆ, ਰੋਹੇਲੇ ਤੜਫ ਉੱਠੇ, ਸਾਰੇ ਸ਼ਹਿਰ ਵਿੱਚ, ਸਾਰੇ ਨਗਰ ਵਿੱਚ
ਪਾਣੀ ਦੀ ਧਿੱਪ ਨਹੀਂ ਸੀ, ਬੂੰਦ ਨਹੀਂ ਸੀ, ਘੜੇ ਖਾਲੀ, ਛੱਪੜ ਸੁੱਕ ਗਏ, ਖੂਹ ਟੋਬਿਆਂ ਵਿੱਚ ਕਿਤੇ ਪਾਣੀ ਦੀ ਬੂੰਦ ਨਹੀਂ। ਕੁਰਲਾਟ ਮੱਚ ਗਈ। ਇਕੱਠੇ ਹੋ ਕੇ ਸਾਰੇ ਬੰਦੇ ਦਾ ਸੁਭਾਅ ਹੈ, ਜਿੰਨਾ ਚਿਰ ਇਹਦੇ ਵਿੱਚ ਜਾਨ ਰਹੇ, ਸ਼ਕਤੀ ਰਹੇ, ਤਾਕਤ ਰਹੇ, ਇਹ ਰੱਬ ਤੋਂ ਮੁਨਕਰ ਹੋਇਆ ਰਹਿੰਦਾ, ਪਰਵਾਹ ਨਹੀਂ ਕਰਦਾ ਪਰਮੇਸ਼ਰ। ਵਿਰਲੀ ਕੋਈ ਰੂਹ ਦੁਨੀਆ ਦੀ ਹੋਵੇਗੀ ਦਾਤਾਂ ਪਾ ਕੇ, ਜਿਹੜੀ ਦਾਤੇ ਨੂੰ ਯਾਦ ਰੱਖੇ, ਨਹੀਂ ਤਾਂ ਦਾਤ ਪਿਆਰੀ ਵਿਸਰਿਆ ਦਾਤਾਰਾ। ਸਾਡੀ ਤਾਂ ਜ਼ਿੰਦਗੀ ਦੀ ਰੌ ਹੀ ਇਸ ਤਰ੍ਹਾਂ ਚੱਲਦੀ ਹੈ। ਅਤੇ ਜੇ ਧੰਨਵਾਨ ਹੈ ਬੰਦਾ ਤਾਂ ਪਰਮੇਸ਼ੁਰ ਤੋਂ ਬਾਗੀ, ਜੇ ਸੁੱਖਾਂ ਵਿੱਚ ਹੈ ਤਾਂ ਪਰਮੇਸ਼ੁਰ ਤੋਂ ਮੁਨਕਰ। ਜਦੋਂ ਮੁਸੀਬਤਾਂ ਸਿਰ 'ਤੇ ਸਵਾਰ ਹੋ ਜਾਣ, ਜਦੋਂ ਕਿਸੇ ਮੁਸ਼ਕਲ ਦਾ ਹੱਲ ਨਜ਼ਰ ਨਾ ਆਵੇ, ਜਦੋਂ ਬੰਦੇ ਦੀ ਤਾਕਤ ਜਵਾਬ ਦੇ ਦੇਵੇ, ਫਿਰ ਬੰਦਾ ਦੌੜਦਾ ਧਾਰਮਿਕ ਅਸਥਾਨਾਂ ਵੱਲ, ਫਿਰ ਜਾਏਗਾ ਮੰਦਰਾਂ ਵਿੱਚ, ਫਿਰ ਜਾਏਗਾ ਮਸਜਿਦਾਂ ਵਿੱਚ, ਫਿਰ ਪਹੁੰਚੇਗਾ ਗਿਰਜਿਆਂ ਵਿੱਚ, ਫਿਰ ਆਏਗਾ ਗੁਰਦੁਆਰੇ, ਵੀ ਹੁਣ ਪਰਮੇਸ਼ੁਰ ਤੂੰ ਰੱਖ ਲੈ। ਇਹ ਸਾਰੇ ਇਕੱਠੇ ਹੋਏ ਰੋਹੇਲੇ ਜੋ ਨਗਰ ਵਿੱਚ ਬਣੀ ਹੋਈ ਮਸਜਿਦ ਸੀ ਉਹਦੇ ਵਿੱਚ ਜਾ ਵੜੇ, ਲੱਗੇ ਦਵਾਈਆਂ ਕਰਨ, ਲੱਗੇ ਨਮਾਜ਼ਾਂ ਪੜ੍ਹਨ, ਲੱਗੇ ਆਇਤਾਂ ਕੁਰਾਨ ਦੀਆਂ ਸੁਣਾਉਣ, ਲੱਗੇ ਤਰਲੇ ਲੈਣ, ਹੇ ਪਰਵਰਦਗਾਰ, ਹੇ ਰਹਿਮ ਕਰ। ਕਈ ਭੁੱਲਰ ਲੋਕ ਉੱਥੇ ਵੀ ਬੈਠੇ ਰੱਬ ਨੂੰ ਉਲਾਹਵੇਂ ਦੇਈ ਜਾਣ, ਅਤੇ ਕੁਝ ਲੋਕ ਇਹ ਮਹਿਸੂਸ ਕਰਨ ਕਿ ਸਾਡੇ ਜਿਹੜੇ ਕੁਕਰਮ ਨੇ ਅਸਾਂ ਕੀਤੇ ਹੋਏ ਰਵੇਲਿਆਂ ਨੇ, ਮਾਵਾਂ ਦੇ ਪੁੱਤਰ ਫੜ ਲੈਣੇ, ਉਹਨਾਂ ਨੂੰ ਪਸ਼ੂ ਵਾਂਗੂ ਵੇਚ ਦੇਣਾ। ਕੁਝ ਸਿਆਣੀ ਸੋਚ ਰੱਖਣ ਵਾਲੇ ਜਿਨ੍ਹਾਂ ਦੇ ਕਿਤੇ ਦਿਲ ਦੀ ਨੁੱਕਰ ਵਿੱਚ ਕਿਤੇ ਰੱਬ ਦਾ ਥੋੜ੍ਹਾ ਬੜਾ ਵੀ ਭੈ ਭਾਉ ਸੀ, ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਭਈ ਇਹ ਸਾਡੇ ਬੁਰੇ ਕਰਮਾਂ ਦੀ ਮਾਰ ਹੈ ਜੋ ਪਰਮੇਸ਼ੁਰ ਸਾਨੂੰ ਮਾਰ ਰਿਹਾ, ਇਹਦਾ ਇਲਾਜ ਕੀ ਹੋਵੇ। ਇੱਧਰ ਤਾਂ ਇੱਥੇ ਲੋਕ ਇਹ ਸੋਚ ਰਹੇ ਨੇ, ਉੱਧਰ ਬੰਦੀ ਖਾਨੇ ਵਿੱਚ ਪਿਆ ਹੋਇਆ ਭਾਈ ਹਰਾ ਗਰੀਬ ਨਵਾਜ਼ ਨੂੰ ਵਾਰ ਵਾਰ ਅਰਦਾਸਾਂ ਕਰਦਾ, ਯਾਦ ਕਰਦਾ, ਮਾਲਕ ਹੁਣ ਤਾਂ ਜਾਨ ਲਬਾਂ 'ਤੇ ਆਈ ਹੈ, ਮਿਹਰ ਕਰ, ਦਇਆ ਕਰ, ਅਸੀਂ ਤਾਂ ਗੁਨਾਹਗਾਰ ਹਾਂ ਪਰ ਤੂੰ ਤਾਂ ਬਖਸ਼ਿੰਦਾ, ਸਾਡੀਆਂ ਭੁੱਲਰਾਂ ਦੀਆਂ ਭੁੱਲਾਂ ਨਾ ਚਿਤਾਰ, ਵਾਸਤਾ ਹੀ ਤੇਰੇ ਉਸ ਪਿਆਰ ਦਾ ਜਿਹੜਾ ਪਿਆਰ ਤੋਂ ਸੰਸਾਰ ਨੂੰ ਵੰਡਿਆ, ਜਿਹੜਾ ਤੈਨੂੰ ਪਰਮੇਸ਼ੁਰ ਨੇ ਦਿੱਤਾ, ਉਸ ਪਿਆਰ ਦਾ ਵਾਸਤਾ ਪਾ ਕੇ ਕਹਿਣਾ ਆ ਮੇਰੇ ਸਤਿਗੁਰੂ ਦੇ ਦਰਸ਼ਨ ਇਹਨਾਂ ਦੀਦਿਆਂ ਨੂੰ ਠਾਰ ਦੇ। ਉਸ ਵੇਲੇ ਜੋ ਵਾਤਾਵਰਣ ਹੈ, ਜੋ ਉਸ ਵੇਲੇ ਹੋਇਆ, ਢਾਡੀ ਜਥੇ ਪਾਸੋਂ ਸਰਵਣ ਕਰੋ, ਇਉਂ ਬੇਨਤੀ ਕੀਤੀ। ਪੱਲਾ ਮੁੱਖੋ ਨਾਨਕ ਨਾਮ ਉਚਾਰਦਾ, ਗਲ ਵਿੱਚ ਪੱਲਾ ਮੁੱਖੋ ਨਾਨਕ ਨਾਮ ਉਚਾਰਦਾ, ਦੁਨੀਆਂ ਤੱਕ ਕੇ ਸੇਵਾ ਠਾਰ ਮੈਂ ਆ ਗਿਓ, ਪਾਪ ਕਮਾਵੰਦਿਆਂ ਦੇ ਫਿਰਦਾ ਏ ਪਾਪ ਨਿਵਾਰਦਾ, ਪਾਪ ਕਮਾਵੰਦਿਆਂ ਦੇ ਫਿਰਦਾ
ਪੈ ਉਹ ਮੈਂ ਸਦਕੇ ਕਿਧਰੇ ਦੁਖੀ ਤੜਫ ਦੇ ਚਰਨੀ ਲਾਲਾ ਠਾਰਦਾ ਕਿਧਰੇ ਦੁਖੀ ਤੜਫ ਦੇ ਚਰਨੀ ਲਾਲਾ ਠਾਰਦਾ ਜੇਲ ਵਿੱਚ ਬੈਠਾ ਚੱਕੀਆਂ ਪੀਣਾ ਏ ਕਿਧਰੇ ਆਪ ਜੇਲ ਵਿੱਚ ਬੈਠਾ ਚੱਕੀਆਂ ਪੀਣਾ ਏ ਕਿਧਰੇ ਬੰਦੀਆਂ ਦੇ ਤੂੰ ਬੰਧਨ ਪਿਆਇਓ ਪੱਥਰਾਂ ਵਿੱਚੋਂ ਸੋਮੇ ਕੱਢਦਾ ਪਾਣੀ ਦੇ ਮੈਂ ਸਦਕੇ ਕਿਧਰੇ ਪਰਬਤ ਬਾਬਾ ਪੰਜੇ ਨਾਲ ਖਲਾਰਦਾ ਕਿਧਰੇ ਪਰਬਤ ਬਾਬਾ ਪੰਜੇ ਨਾਲ ਖਲਾਰਦਾ ਖਾਣੇ ਕਰਦਾ ਫਿਰਦਾ ਦੇਵਤੇ ਕਿਧਰੇ ਮਾਨਸ ਖਾਣੇ ਕਰਦਾ ਫਿਰਦਾ ਦੇਵਤੇ ਕਿਧਰੇ ਨਿਗਾਹ ਮਾਰ ਕੇ ਤਪੇ ਕਢਾਏ ਠਾਰਦਾ ਕਿਧਰੇ ਨਿਗਾਹ ਮਾਰ ਕੇ ਰੇਠੇ ਕਰਦਾ ਏ ਮੈਂ ਸਦਕੇ ਸੁੱਕੇ ਫੁੱਲਾਂ ਅੰਦਰ ਫਿਰਦਾ ਮੈਂ ਖਲਾਰਦਾ ਸੁੱਕੇ ਫੁੱਲਾਂ ਅੰਦਰ ਫਿਰਦਾ ਮੈਂ ਖਲਾਰਦਾ ਸੜਦੇ ਸੀਨੇ ਸੀਤਲ ਕੀਤੇ ਸਾਡੇ ਵੱਲ ਵੀ ਜਾਵੀ ਨਿਗਾ ਮੇਰ ਦੀ ਮਾਰਦਾ ਜਿਹੜਾ ਪ੍ਰੇਮ ਪ੍ਰਭੂ ਤੋਂ ਲੈ ਕੇ ਆ ਗਿਆ ਦੁਨੀਆ ਤੇ ਪ੍ਰਭੂ ਤੋਂ ਲੈ ਕੇ ਆ ਗਿਆ ਦੁਨੀਆ ਤੇ ਦਰਸ਼ਨ ਦੇ ਜਾ ਬਾਬਾ ਸਦਕਾ ਉਸ ਪਿਆਰ ਦਾ ਸਾਨੂੰ ਮਾਣ ਨਾ ਕੋਈ ਭਗਤੀ ਸਿਦਕ ਕਮਾਈ ਦਾ ਮੈਂ ਸਦਕੇ ਮੈਂ ਦੇਵੇਂਦਾ ਹਾਂ ਦਿਲ ਆਪਣੇ ਬਖਸ਼ਣ ਹਾਰ ਦਾ ਮੈਂ ਦੇਵੇਂਦਾ ਹਾਂ ਦਿਲ ਆਪਣੇ ਬਖਸ਼ਣ ਹਾਰ ਦਾ ਬਣਦਾ ਤੇ ਦਸ ਅਰਜਾ ਕਰਦਾ ਤੇਰੀਆਂ ਕੁਝ ਮੰਨ ਲੈ ਸੰਗਤੇ ਮੇਰੀਆਂ ਸੰਗਤੇ ਕਹੋ ਵਾਹਿਗੁਰੂ ਭਾਈ ਹਰਾ ਜੀ ਜੇਲ੍ਹ 'ਚ ਬੈਠੇ ਹੋਏ ਗੁਰਦੇਵ ਦੇ ਪਰਉਪਕਾਰਾਂ ਨੂੰ ਯਾਦ ਕਰਦੇ ਮੇਰੇ ਮਾਲਕ ਸਤਿਗੁਰੂ ਗਰੀਬ ਲਾਲੋ ਨੂੰ ਆਪਣੀ ਛਾਤੀ ਨਾਲ ਲਾਉਣ ਵਾਲਿਆ ਉਹਦੀ ਕਿਰਤ ਕਮਾਈ ਦਸਾਂ ਨਵਾਂ ਦੀ ਵਿੱਚੋਂ ਦੁੱਧ ਦੇ ਸੋਮੇ ਵਗਾਉਣ ਵਾਲਿਆ ਸਤਿਗੁਰੂ ਮਲਕ ਭਾਗੋ ਜੈ ਜ਼ਾਲਮਾਂ ਦੀ ਰੋਟੀ ਵਿੱਚੋਂ ਲਹੂ ਵਗਦਾ ਵਿਖਾ ਸੱਚ ਦੀ ਕਮਾਈ ਦੇ ਮਾਰਗ 'ਤੇ ਪਾਉਣ ਵਾਲਿਆ ਸਤਿਗੁਰਾ
तू जदों रहमत दे घर विचों आयो तू पत्थरां विचों भी जल दे सोमे बगाए, तू जदों दया दे घर विच आयो तू कोड़ियां नूं अपने गल नाल लाया। हे रहमत दे सागर, हुण इस जेल विच रहण नूं हुण मन नहीं मनदा, हुण अक गया हां, थक गया हां, यह मुसीबतां सहिंदियां सहिंदियां उत्ते शरीर निर्बल हो गया। महाराज जां ते दर्शन दे जां जान कढ लै, ते सदका है तेरे उस प्यार दा मैं याद करना जिहड़ा तू मानवता नूं वंडिया। आ मेरे महबूब नानक, आ सतगुरु, ये तरसदियां अखां ते दीदियां नूं इक वार ठंड पा, दे दर्शन अपने। इधर भाई हरा जी जेल खाने विच इस तरह लिलकड़ियां लैंदे, बेनतियां करदे, अरदासां करदे, वैराग विच आए फिस पैंदे, अखां चों हंझू केरदे। उधर गरीब नूं आए सतगुरु सच्चे पातशाह दे अजीब कौतक के सारे नगर विच पानी नहीं, सारे रोहिले कट्ठे होके उस सरदार कोल आए जिस सरदार ने हजूर दा मुल दो घोड़े पाया सी। आके कहन लगे मीर जी इस दुख दा की इलाज करिए, पानी तो बिना किवें जीआंगे, छोटे छोटे बच्चे बजुर्ग पशु पंछी त्याए मरदे नजर आ रहे ने, ये की होया क्यों होया। दानिया ने बैठ के विचार करनी शुरू की थी। एक विचों को भला लोक बोलिया, उन्हें आख्या वो मालक, सृष्टि का मालक, जिस मालक की धरती उत्ते असी पापां ते लक बदे उहदी सानू सजा मिल रही, असा किसे उहदे खास रूप नू सताया, इस वास्ते सानू यह दुख झलना पै रहा है। सोचद्या सोचद्या आखिरकार सारिया की सुरती गुरु नानक दे पवित्र चेहरे ते जुड़ी, ते मीर नू आख्या मीर जी वो जिहड़ा गुलाम तुसी लियांदा ना खरीद के, सानू इंज लगता है जिवें उहदी गिरफ्तारी तो पिछों साडे नाल खुदा रुस गए। मथा ठणकिया मीर दा, उसने आख्या पानी सुक जाण की खबर भी सब तो उन्हें ही दित्ती सी, ते मैं उस वेख्या नौजवान नूं जदों तुरदे हन उन्हां दे सीस उत्ते एक चानण जिहा नजर आउंदा है, चानण जिहा। कहण लगे फिर यही गल है उस प्यारे नूं गुरु नानक देव नूं, क्योंकि गुरु नानक दा नां हिंदुस्तान विच बच्चे बच्चे दी उदों जबान ते सी, कोई अजिही धरती नहीं सी जिथे सतगुरु दा नां नहीं सी पहुंचा। एक ने आख्या पुछ के वेखो किते वो गुलाम गुरु नानक ही ना होवे। समाधि ला के बैठे हुए सतगुरु जी नूं मीर ने बुलाया ते पंचायत विच पुछया ते ना तो कुछ इदां दा दस्या सी जदों मैं तैनू वार पहली बार मिलिया सां, तू तो दस सकना तेरा नाँ की है। सतगुरु जी कहन लगे हाँ मेरा नाँ नानक है। फिर दुहाई पै गई गुरु नानक, फिर ढह के चरणा उत्ते लगे मुआफियां मंगण। गरीब नूं आए सतगुरु सच्चे पातशाह उन्हां को कर्मियां नूं समत देण लगे ने, अपनी जीवन लीला रच के अपने आप नूं वका के पापियां दे पाप निवारण वाला दाता उत्थे कौतक कर रहा है। ओ याद आउण कीतियां
ਦਿਸਦਾ ਜਿਹੜਾ ਕੱਲ ਵਿਗਿਆ ਸੀ ਇੰਨੀ ਸੁਣ ਕੇ ਉਹ ਇੰਨੀ ਸੁਣ ਕੇ ਮੀਰ ਘਬਰਾਇਆ ਕੋਈ ਕਹਿੰਦਾ ਉਹ ਕੋਈ ਵਲੀ ਅੱਲਾ ਜੇ ਪਹਿਲਾਂ ਪਾਣੀ ਦੇ ਸਾਰੇ ਪਹੁੰਚੇ ਤੇ ਉਹ ਸਾਰੇ ਪਹੁੰਚੇ ਤਾਂ ਤੱਕਣ ਗੁਰੂ ਨਾਨਕ ਦੇ ਬੈਠੇ ਸੀ ਸਮਾਧੀ ਲਾਏ ਕੇ ਹੋ ਨਾਲ ਰੱਬ ਦੇ ਨਾਲ ਰੱਬ ਦੇ ਜੁੜੀ ਸੀ ਆਤਮਾ ਜਿਹੜੇ ਉੱਤੇ ਨੂਰ ਬਰਸੇ ਖੁੱਲੇ ਨੈਣ ਤੇ ਖੁੱਲੇ ਨੈਣ ਤਾਂ ਗਿਆ ਨਾ ਚੱਲਿਆ ਰੂਪ ਨਿਰੰਕਾਰੀ ਜੋਤਾ ਸਾਰੇ ਭੱਜ ਪਈ ਸਾਰੇ ਭੱਜ ਚਰਨਾ ਤੇ ਡਿੱਗ ਪਏ ਕਹਿੰਦੇ ਸਾਡੇ ਪਾਪ ਬਖਸ਼ੋ ਅੱਗੋਂ ਬੋਲਦੇ ਅੱਗੋਂ ਬੋਲਦੇ ਸਤਿਗੁਰੂ ਮੇਰੇ ਫਲ ਹੈ ਜੇ ਕਰਮਾਂ ਦਾ ਬੇਗੁਨਾਹਾਂ ਨੂੰ ਬੇਗਨਾਇਆ ਤਾਈ ਜੇਲਾ ਵਿੱਚ ਡੱਗ ਗਏ ਆਪ ਜਾਓ ਸੁਖ ਭੁਗਣੇ ਚੰਗੀ ਲੱਗਦੀ ਚੰਗੀ ਲੱਗਦੀ ਨਾ ਰੱਬ ਨੂੰ ਗੁਲਾਮੀ ਰੱਬ ਦੇ ਬੰਦਿਆਂ ਦੀ ਛੱਡ ਦਿਓ ਜੇ ਜ਼ੁਲਮ ਏ ਅੱਜ ਤੋਂ ਪਾਣੀ ਹੁਣੇ ਮਿਲ ਜਾਏਗਾ ਇਹਨੀ ਸੁਣ ਕੇ ਇਹਨੀ ਸੁਣ ਕੇ ਰਹੇ ਲੈ ਸਾਰੇ ਬੁਰੀ ਜੁੱਤਾਂ ਮਾਫੀ ਮੰਗਦੇ ਪਿੱਛੇ ਹੋ ਪਈ ਪਿੱਛੇ ਹੋ ਬੀਤੀ ਸੋ ਬੀਤੀ ਅੱਗੇ ਤੋਂ ਬਣਾ ਲੈ ਆਪਣੇ ਪਿਆਰਿਆ ਪਿਆਰਿਆ ਕਿਹੜੇ ਕਿਹੜੇ ਪਾਪੀਆਂ ਨੂੰ ਤੂੰ ਨਿਤਾਰਿਆ ਗਰੀਬ ਨੂੰ ਅੱਜ ਦੇ ਚਰਨਾਂ ਤੇ ਢੱਠੇ ਰੋਹੇਲੇ ਕਹਿਣ ਲੱਗੇ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਤੋਂ ਭੁੱਲ ਹੋਈ ਅਸੀਂ ਗੁਨਾਹਗਾਰ ਬੰਦੇ ਰੱਬ ਨੂੰ ਰਸਾ ਬੈਠੇ ਉਸ ਪਰਮੇਸ਼ਰ ਨੇ ਸਾਡਾ ਜੀਵਨ ਦਾ ਆਧਾਰ ਪਾਣੀ ਸੁਕਾ ਦਿੱਤਾ ਤੂੰ ਰਹਿਮਤ ਕਰ ਸਤਿਗੁਰੂ ਜੀ ਕਹਿਣ ਲੱਗੇ ਇਸ ਪਾਪ ਤੋਂ ਬਾਜ ਆ ਜਾਓ ਅੱਜ ਤੋਂ ਤੋਬਾ ਕਰੋ ਪਿਛਲੇ ਔਗੁਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਰਹਿਮਤ ਕਰ ਸਤਿਗੁਰੂ ਸਾਡੇ ਤੇ ਦਇਆ ਕਰ ਅਸੀਂ ਗੁਨਾਹਗਾਰ ਹਾਂ ਅਸੀਂ ਮੰਨਦੇ ਹਾਂ ਕਿ ਸਾਡੇ ਕੋਲੋਂ ਪਾਪ ਹੋਇਆ ਸਤਿਗੁਰੂ ਜੀ ਕਹਿਣ ਲੱਗੇ ਅੱਜ ਤੋਂ ਬਰਦਾ ਫਰੋਸ਼ੀ ਨਹੀਂ ਕਰੋਗੇ ਬਚਨ ਦਿਓ ਕਿਸੇ ਰਾਈ ਨੂੰ ਨਹੀਂ ਲੁੱਟੋਗੇ ਕਿਸੇ ਮਜ਼ਲੂਮ ਤੇ ਤਲਵਾਰ ਨਹੀਂ ਉਠਾਓਗੇ ਇਨਸਾਫ ਕਰੋਗੇ ਜੇ ਤੁਹਾਡੇ ਕੋਲ ਪਰਮੇਸ਼ਰ ਨੇ ਸ਼ਕਤੀ ਦਿੱਤੀ ਹੈ ਤਾਕਤ ਦਿੱਤੀ ਹੈ ਹਕੂਮਤ ਦਿੱਤੀ ਹੈ ਤੇ ਇਨਸਾਫ ਕਰੋ ਹੱਕ ਸੱਚ ਦੀ ਨੇਕ ਕਮਾਈ ਕਰਕੇ ਗੁਜ਼ਾਰਾ ਕਰੋ ਪਾਣੀ ਮਿਲ ਜਾਏਗਾ ਸਾਹਿਬਾਂ ਦੇ ਚਰਨਾਂ ਉੱਤੇ ਸਾਰਿਆਂ ਰੁਹੇਲਿਆਂ ਨੇ ਸਿਰ ਧਰ ਦਿੱਤੇ ਮੂੰਹ ਵਿੱਚ ਕਾਹ ਲੈ ਕੇ ਆਖਿਆ ਪਾਤਸ਼ਾਹ ਬਖਸ਼ ਲੈ ਤੇਰੇ ਨਾਂ ਦੀ ਦੁਹਾਈ ਗਰੀਬ ਨਵਾਜ਼ ਨੇ ਮੀਰ ਨੂੰ ਆਖਿਆ ਉਹ ਜੇਲ੍ਹ ਵਿੱਚੋਂ ਸਾਰੇ ਕੈਦੀ ਹੁਣੇ ਰਿਹਾ ਕਰ ਜਾ ਕੇ ਮੀਰ ਨੇ ਦਰਵਾਜ਼ਾ ਖੋਲ੍ਹ ਦਿੱਤਾ ਕੈਦੀ ਆਜ਼ਾਦ ਕਰ ਦਿੱਤੇ ਜਾਓ ਗੁਰੂ ਨਾਨਕ ਦੇ ਨਾਮ ਤੇ ਅੱਜ ਤੁਹਾਨੂੰ ਆਜ਼ਾਦ ਕੀਤਾ ਜਾਂਦਾ ਹੈ ਇੱਕ ਇੱਕ ਕਰਕੇ ਸਾਰੇ ਕੈਦੀ ਬਾਹਰ ਨਿਕਲੇ ਤੇ ਸਾਰਿਆਂ ਤੋਂ ਪਿੱਛੋਂ ਭਾਈ ਹਰਾ ਜੀ ਹੌਲੀ ਹੌਲੀ ਚੱਲਦੇ ਜਦੋਂ ਦਰਵਾਜ਼ੇ ਤੇ ਪਹੁੰਚੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਦੋਵੇਂ ਬਾਹਾਂ ਖੋਲ੍ਹ ਕੇ ਭਾਈ ਹਰਾ ਜੀ ਨੂੰ ਛਾਤੀ ਨਾਲ ਘੁੱਟ ਲਿਆ ਪੁੱਬਾ ਮਾਰ ਕੇ ਰੋ ਪਿਆ ਭਾਈ ਹਰਾ ਮਹਾਰਾਜ ਇੰਨਾ ਨਾ ਤੜਫਾਓ ਇੰਨਾ ਵੱਡਾ ਵਿਛੋੜਾ ਨਾ ਦਿਆ ਕਰੋ ਆਪਣੇ ਚਰਨਾਂ ਦਾ ਸਦਕਾ ਬਖਸ਼ ਲਓ ਸਾਨੂੰ ਸਤਿਗੁਰੂ ਜੀ ਨੇ ਆਖਿਆ ਭਾਈ ਹਰਾ ਜੀ ਕਰਤਾਰ ਚੇਤਾ ਆਵੇ ਪਰਮੇਸ਼ਰ ਦੇ ਪਿਆਰਿਆ ਤੇਰੀ ਸੇਵਾ ਤੇਰੀ ਆਰਾਧਨਾ ਅਕਾਲ ਪੁਰਖ ਦੇ ਦਰ ਪ੍ਰਵਾਨ ਹੋਈ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਕੁਝ ਦਿਨ ਉੱਥੇ ਰਹਿ ਕੇ ਰੋਹੇਲਿਆਂ ਨੂੰ ਉਪਦੇਸ਼ ਦਿੰਦੇ ਰਹੇ ਜੀਵਨ ਦੇਣ ਵਾਲਾ ਉਪਦੇਸ਼ ਸੱਚੇ ਮਾਰਗ ਤੇ ਚੱਲਣ ਦੀ ਸਿੱਖਿਆ ਰੱਬੀ ਰਹਿਮਤਾਂ ਦੇ ਮੁਤਲਾਸ਼ੀਆਂ ਨੂੰ ਰੱਬ ਦੇ ਦੀਦਾਰ ਕਰਾਉਣ ਦੇ ਰਸਤੇ ਤੇ ਪਾ ਕੇ ਗੁਰੂ ਨਾਨਕ ਦੇਵ ਮਹਾਰਾਜ ਕਈਆਂ ਦਿਨਾਂ ਪਿੱਛੋਂ ਫਿਰ ਪਿਆਰੇ ਮਰਦਾਨੇ ਨੂੰ ਮਿਲਣ ਵਾਸਤੇ ਤੁਰੇ
ਕਈਆਂ ਦਿਨਾਂ ਦਾ ਵਿਛੜਿਆ ਹੋਇਆ ਭਾਈ ਮਰਦਾਨਾ ਵਿਆਕੁਲ ਹੋਇਆ। ਭਾਈ ਹਰਾ ਜੇਲ੍ਹ ਵਿੱਚ ਤੜਫ ਰਿਹਾ ਸੀ, ਭਾਈ ਮਰਦਾਨਾ ਜੰਗਲ ਵਿੱਚ ਕੂਕਾਂ ਦੇ ਰਿਹਾ ਸੀ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਮਰਦਾਨਾ ਤੇਰੇ ਦਿਲ ਵਿੱਚ ਆਵਾਜ਼ ਆਏਗੀ, ਤੇਰੇ ਕਦਮ ਤੈਨੂੰ ਉੱਧਰ ਲੈ ਕੇ ਤੁਰਨਗੇ ਜਿੱਧਰ ਅਸੀਂ ਤੈਨੂੰ ਮਿਲਾਂਗੇ, ਤੇਰਾ ਮਿਲਾਪ ਹੋਏਗਾ। ਮਰਦਾਨੇ ਦੇ ਦਿਲ ਵਿੱਚ ਗੁਰੂ ਬਾਬੇ ਦਾ ਸੰਦੇਸ਼ ਪਹੁੰਚਾ, ਉੱਠ ਕੇ ਤੁਰਿਆ, ਸਾਹਿਬਾਂ ਨੂੰ ਆਉਂਦਿਆਂ ਵੇਖ ਕੇ ਧਾ ਕੇ ਚਰਨਾਂ 'ਤੇ ਡਿੱਗ ਪਿਆ। ਪੁੱਬਾਂ ਮਾਰ ਮਾਰ ਕੇ ਰੋ ਰੋ ਕੇ ਭਾਈ ਮਰਦਾਨੇ ਨੇ ਸਤਿਗੁਰੂ ਦੇ ਚਰਨ ਧੋ ਦਿੱਤੇ, ਆਖਿਆ ਮੇਰੇ ਮਾਲਕ, ਸਾਰੀ ਦੁਨੀਆ ਛੱਡ ਕੇ ਤੇਰਾ ਆਸਰਾ ਲਿਆ ਅਤੇ ਦਰਦੀ ਦਾਤਿਆ, ਤੂੰ ਆਪਣੇ ਇਸ ਗਰੀਬ ਮਰਾਸੀ ਨੂੰ, ਇਸ ਰਬਾਬੀ ਨੂੰ ਇੱਦਾਂ ਨਾ ਵਿਛੋੜਿਆ ਕਰ। ਹਜ਼ੂਰ ਕਹਿਣ ਲੱਗੇ, ਮਰਦਾਨਾ ਜਿਸ ਰਾਹ ਥਾਣੀ ਮੈਂ ਲੰਘ ਕੇ ਆਇਆ, ਜਿਹੜੇ ਹਾਲਾਤ ਇਹਨਾਂ ਦਿਨਾਂ ਵਿੱਚ ਬੀਤੇ ਹਨ, ਜੇ ਤੂੰ ਅੱਖਾਂ ਤੋਂ ਵੇਖ ਦੋ, ਤੇਰੇ ਕੋਲ ਜਰਿਆ ਨਹੀਂ ਸੀ ਜਾਣਾ। ਅਸੀਂ ਤਾਂ ਤੇਰਾ ਦਿਲ ਰੱਖਣ ਵਾਸਤੇ, ਵੀ ਤੈਨੂੰ ਉਹ ਖੂਨੀ ਨਜ਼ਾਰਾ ਨਾ ਵੇਖਣ ਨੂੰ ਮਿਲੇ, ਤਾਂ ਤੈਨੂੰ ਵਿਛੋੜਿਆ ਸੀ। ਹੋਰ ਸਾਡਾ ਵੀ ਜੀ ਨਹੀਂ ਕਰਦਾ ਤੇਰੇ ਕੋਲ ਵਿਛੜਨ ਨੂੰ। ਮਰਦਾਨਿਆਂ, ਤੇਰਾ ਸੰਗੀਤ ਮੇਰੇ ਪ੍ਰਾਣ ਹੈ, ਤੂੰ ਜਦੋਂ ਰਬਾਬ ਵਜਾਉਂਦਾ ਹੈ, ਤੇਰੀਆਂ ਉਂਗਲੀਆਂ ਤੋਂ ਜਦੋਂ ਥਰਕਵੀਂ ਆਵਾਜ਼ ਨਿਕਲਦੀ ਹੈ, ਤੇਰੇ ਗਲੇ 'ਚੋਂ ਸੁਰੀਲੀ ਜਦੋਂ ਆਸਾ ਦੀ ਵਾਰ ਦਾ ਗਾਇਨ ਤੂੰ ਕਰਦਾ ਹੈ, ਮਰਦਾਨਿਆਂ ਮੇਰਾ ਜੀ ਤੇਰੇ ਤੋਂ ਵਾਰਨੇ ਪਰਵਾਰਨੇ ਜਾਂਦਾ ਹੈ, ਮੈਂ ਸਦਕੇ ਜਾਂਦਾ ਹਾਂ ਤੇਰੇ ਤੋਂ। ਅਰਦਾਸ ਕਰਿਆ ਕਰ, ਗੁਰੂ ਨਾਨਕ ਕਹਿ ਰਹੇ ਸਨ, ਮਰਦਾਨਾ ਤੇਰੀ ਰਸਾਈ ਪਰਮੇਸ਼ਰ ਤੱਕ ਹੋਵੇ, ਤੈਨੂੰ ਜੀਵਨ ਮੁਕਤੀ ਮਿਲੇ, ਤੇਰਾ ਰਾਗ ਗਾਇਆ ਹੋਇਆ ਪ੍ਰਭੂ ਦੇ ਦਰ ਪ੍ਰਵਾਨ ਹੋਵੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੋਂ ਵਾਪਸ ਸੁਲਤਾਨਪੁਰ ਨੂੰ ਤੁਰੇ। ਇਹ ਹੈ ਉਸ ਸਾਹਿਬ ਗੁਰੂ ਨਾਨਕ ਦੇਵ ਪਰਮੇਸ਼ਰ ਦੇ ਰੰਗ ਰਤੜੇ ਦੀ ਕਹਾਣੀ। ਇਹ ਉਸ ਮਹਾਨ ਸਤਿਗੁਰੂ ਦੇ ਪਰਉਪਕਾਰਾਂ ਦੀ ਗਾਥਾ। ਸਮਾਂ ਹੋ ਗਿਆ, ਕੱਲ੍ਹ ਦੇ ਦੀਵਾਨ ਵਿੱਚ ਫਿਰ ਹਾਜ਼ਰੀਆਂ ਭਰਾਂਗੇ। ਸਾਧ ਸੰਗਤ ਜੀ, ਕਿਰਪਾ ਕਰਿਆ ਕਰੋ, ਆਪ ਵੀ ਆਇਆ ਕਰੋ ਵਕਤ ਸਿਰ, ਹੋਰਨਾਂ ਨੂੰ ਵੀ ਪੈਗਾਮ ਦਿਓ। ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਬਾਬੇ ਨੂੰ ਯਾਦ ਕਰਨਾ ਹੈ, ਉਹਦੀ ਯਾਦ ਵਿੱਚ ਜੁੜਨਾ ਹੈ। ਗੁਰਦੁਆਰਾ ਸਾਹਿਬ ਵਿੱਚ ਆ ਕੇ ਆਪਣੇ ਜੀਵਨ ਨੂੰ ਸੁਚੱਜਿਆਂ ਸਿੱਖਾਂ ਵਾਂਗੂ ਢਾਲਣਾ ਹੈ, ਬਣਾਉਣਾ ਹੈ, ਗੁਰਮਤਿ ਸਿੱਖਣੀ ਹੈ। ਇਸ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸਮਾਂ ਪਰਮੇਸ਼ਰ ਨੇ ਸਾਨੂੰ ਦਿੱਤਾ, ਆਪਾਂ ਮਿਲੀਏ, ਬੈਠੀਏ, ਗੁਰੂ ਬਾਬੇ ਦੀਆਂ, ਗੁਰੂ ਵੱਡੇ ਦੀਆਂ ਵਡਿਆਈਆਂ ਦਾ ਚਰਚਾ ਕਰੀਏ, ਆਪਣਾ ਜੀਵਨ ਸਫਲ ਕਰੀਏ। ਬੇਅੰਤ ਭੁੱਲਾਂ ਹੋਈਆਂ ਜਿਨ੍ਹਾਂ ਦੀ ਖਿਮਾ ਮੰਗਦੇ ਹਾਂ, ਸ਼ਰਧਾਲੂਆਂ ਵੱਲੋਂ ਮਾਇਆ ਅਰਦਾਸ ਹੋਈ, ਦਾਤਾ ਜੀ ਨਾਮਦਨ ਬਖਸ਼ਣ, ਆਗਿਆ ਦਿਓ ਜੀ, ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਇਸੇ ਵੇਲੇ ਹਾਜ਼ਰੀ ਭਰਾਂਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।